ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ ਜੀ, ਕੀ ਹਾਲ ਹੈ ਜੀ? ਠੀਕ ਠਾਕ ਹੋ? ਮੇਰਾ ਨਾਂ ਹੈ ਸਾਜਿਦ ਔਰ ਅੱਜ ਦਾ ਆਪਣਾ ਜਿਹੜਾ ਟੋਪਿਕ ਹੈ ਨਾ ਉਹ ਇਹ ਹੈਗਾ ਜੀ ਕਿ ਦੁਬਈ ਨਾ ਆਉਣਾ ਨਹੀਂ ਤਾਂ ਰੁੱਲ ਜਾਓਗੇ। ਠੀਕ ਜੀ, ਕਿਵੇਂ ਰੁੱਲ ਜਾਓਗੇ ਇਹ ਤੁਹਾਨੂੰ ਮੈਂ ਅੱਗੇ ਚੱਲ ਕੇ ਦੱਸਦਾ ਵਾਂ। ਔਰ ਸਭ ਤੋਂ ਪਹਿਲੇ ਇਹ ਵੀਡੀਓ ਜਿਹੜੀ ਹੈ ਨਾ ਮੇਰੇ ਇੰਡੀਅਨ ਭਰਾਵਾਂ ਵਾਸਤੇ, ਬੰਗਾਲੀ ਭਰਾਵਾਂ ਵਾਸਤੇ ਔਰ ਪਾਕਿਸਤਾਨੀ ਵਾਸਤੇ, ਕਿਉਂਕਿ ਸਾਡੀ ਜ਼ਬਾਨ ਜਿਹੜੀ ਨਾ ਤਕਰੀਬਨ ਸੇਮ ਹੈ ਔਰ ਇਹਨਾਂ ਨੂੰ ਔਰ ਜ਼ਿਆਦਾ ਇੱਥੇ ਜਿਹੜੀ ਮੈਜੋਰਿਟੀ ਹੈ ਨਾ ਉਹ ਵੀ ਇਹਨਾਂ ਲੋਕਾਂ ਦੀ ਹੈ, ਅਤੇ ਇਹਨਾਂ ਨੂੰ ਜ਼ਰਾ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਆ ਜਾਏਗੀ। ਜਿਵੇਂ ਕਿ ਤੁਹਾਨੂੰ ਪਤਾ ਵੇ, ਅਤੇ ਚਲੋ ਜੀ ਆਪਣੇ ਅਸਲ ਮੁੱਦੇ ਲਈ ਚੱਲਦੇ ਹਾਂ ਕਿ ਤੁਸੀਂ ਦੁਬਈ ਕਿਉਂ ਨਹੀਂ ਆਉਣਾ ਅਤੇ ਕਿਵੇਂ ਰੁੱਲ ਜਾਓਗੇ। ਠੀਕ ਹੈ ਜੀ, ਅੱਜ ਕੱਲ੍ਹ ਤੁਹਾਨੂੰ ਪਤਾ ਹੈ ਮਹਿੰਗਾਈ ਦਾ ਦੌਰ ਹੈ, ਮੇਰਾ ਤਾਲੁਕ ਜਿਵੇਂ ਕਿ ਪਾਕਿਸਤਾਨ 'ਚ ਹੋਵੇ ਅਤੇ ਪਾਕਿਸਤਾਨ ਦੇ ਹਾਲਾਤ ਜਿਹੜੇ ਨੇ ਉਹ ਪੂਰੀ ਦੁਨੀਆ ਨੂੰ ਪਤਾ ਨੇ ਕਿ ਕੀ ਚੱਲ ਰਹੇ ਨੇ। ਠੀਕ ਹੈ ਜੀ, ਮਹਿੰਗਾਈ ਹੈ, ਬਲਕਿ ਪਾਕਿਸਤਾਨ ਦੇ ਨਹੀਂ ਪੂਰੀ ਦੁਨੀਆ ਦੇ ਹੀ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ, ਇਸੇ ਤਰ੍ਹਾਂ ਇੰਡੀਆ ਦੇ, ਬੰਗਲਾਦੇਸ਼ ਦੇ ਔਰ ਹੋਰ ਛੋਟੇ ਮਮਾਲਿਕ ਜਿੰਨੇ ਵੀ ਨੇ ਨਾ, ਸਾਰਿਆਂ ਦੇ ਹਾਲਾਤ ਜਿਹੜੇ ਨੇ ਨਾ ਬਹੁਤ ਹੀ ਬੁਰੇ ਚੱਲ ਰਹੇ ਨੇ। ਔਰ ਸਾਡੇ ਨੌਜਵਾਨ ਜਿਹੜੇ ਨੇ, ਬਲਕਿ ਮੈਨੂੰ ਵੀ ਵਿੱਚ ਪਾ ਲਵੋ, ਮੈਂ ਵੀ ਆਇਆ ਸਾ ਇੱਥੇ ਨੌਕਰੀ ਕਰਨ ਲੇਕਿਨ ਨਹੀਂ ਕੀਤੀ, ਉਹ ਇੱਕ ਅਲੱਗ ਚੀਜ਼ ਹੈ। ਅਤੇ ਜ਼ਿਆਦਾਤਰ ਲੋਕ ਜਿਹੜੇ ਨੇ ਨਾ ਉਹ ਦੁਬਈ ਦਾ ਰੁੱਖ ਕਰ ਰਹੇ ਨੇ ਜੀ ਇੱਥੇ ਪੈਸੇ ਕਮਾਉਣ ਵਾਸਤੇ। ਠੀਕ ਹੈ ਜੀ, ਕਿਉਂਕਿ ਇਹ ਇੱਕ ਤੁਹਾਨੂੰ ਪਤਾ ਹੈ ਕਿ ਅਮੀਰ ਮੁਲਕ ਹੈ ਔਰ ਇੱਥੇ ਰੁਜ਼ਗਾਰ ਦੇ ਬੜੇ ਮੌਕੇ ਨੇ, ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਐਕਸੈਸ ਜਿਹੜੀ ਨਾ ਉਹ ਬੜੀ ਈਜ਼ੀ ਹੈ, ਆਸਾਨੀ ਨਾਲ ਵੀਜ਼ਾ ਮਿਲ ਜਾਂਦਾ ਸਾਨੂੰ ਔਰ ਅਸੀਂ ਇੱਥੇ ਆ ਕੇ ਆਸਾਨੀ ਨਾਲ ਕੰਮ ਕਰ ਸਕਦੇ ਹਾਂ। ਲੇਕਿਨ ਅੱਜ ਦੀ ਵੀਡੀਓ ਜਿਹੜੇ ਇਹਨਾਂ ਲੋਕਾਂ ਵਾਸਤੇ ਵੀ ਨਾ, ਉਹਨਾਂ ਨੂੰ ਖਬਰਦਾਰ ਕਰਨ ਵਾਸਤੇ ਉਹਨਾਂ ਲੋਕਾਂ ਨੂੰ ਹੈ ਕਿ ਜਿਹੜੇ ਵਿਜ਼ਿਟ ਵੀਜ਼ਾ ਲੈ ਕੇ ਇੱਥੇ ਆ ਜਾਂਦੇ ਨੇ ਔਰ ਆ ਕੇ ਸਮਝਦੇ ਨੇ ਜੀ ਕਿ ਇੱਥੇ ਹੁਣ ਅਸੀਂ ਜਿਹੜਾ ਨਾ ਇਲੀਗਲ ਰਹਿ ਲਵਾਂਗੇ ਔਰ ਇਲੀਗਲ ਕੰਮ ਕਰ ਲਵਾਂਗੇ ਔਰ ਪੈਸਾ ਕਮਾ ਲਵਾਂਗੇ। ਅਤੇ ਮੇਰਾ ਭਰਾ ਜਿਹੜਾ ਜਿਹੜਾ ਇਹ ਚੀਜ਼ ਸੋਚਦਾ ਹੈ ਨਾ ਉਹ ਆਪਣੇ ਦਿਮਾਗੋਂ ਇਹ ਚੀਜ਼ ਕੱਢ ਦੇਵੇ। ਠੀਕ ਹੈ ਜੀ, ਕਿਉਂਕਿ ਇੱਥੇ ਇੱਕ ਤਾਂ ਇਲੀਗਲ ਤੁਸੀਂ ਕੰਮ ਕਰੋਗੇ ਨਾ ਅਤੇ ਪਹਿਲੇ ਤਾਂ ਤੁਹਾਨੂੰ ਕੰਮ ਹੀ ਕੋਈ ਨਹੀਂ ਦੇਗਾ। ਠੀਕ ਹੈ ਜੀ, ਅਤੇ ਜੇ ਕਿਸੇ ਨੇ ਰਿਸਕ ਲੈ ਕੇ ਤੁਹਾਨੂੰ ਕੰਮ ਦੇ ਵੀ ਦਿੱਤਾ ਸਪੋਜ਼, ਅਤੇ ਉਹ ਤੁਹਾਨੂੰ ਸਿਰਫ ਕੰਮ ਦੇਗਾ, ਨਾ ਤੁਹਾਨੂੰ ਰਹਿਣ ਵਾਸਤੇ ਜਗ੍ਹਾ ਦੇਗਾ, ਨਾ ਤੁਹਾਨੂੰ ਖਾਣ ਵਾਸਤੇ ਰੋਟੀ ਦੇਗਾ। ਠੀਕ ਹੈ ਜੀ, ਔਰ ਜਿਹੜੀ ਉਹ 500-700 ਰੁਪਇਆ ਤੁਹਾਨੂੰ ਸੈਲਰੀ ਦੇਗਾ ਨਾ, ਉਹਦੇ ਵਿੱਚ ਤੁਸੀਂ ਕਿਤੇ ਰਹਿਣਾ ਜਿਹੜਾ ਨਾ ਤੁਹਾਡਾ ਬੜਾ ਮੁਸ਼ਕਲ ਹੋ ਜਾਏਗਾ, ਕਿਉਂਕਿ ਨਾ ਤੁਹਾਨੂੰ ਇਲੀਗਲ ਨੂੰ ਕਿਸੇ ਨੇ ਜ਼ਿਆਦਾ ਦੇਰ ਰਿਹਾਇਸ਼ ਦੇਣੀ ਹੈ। ਠੀਕ ਹੈ ਜੀ, ਅਤੇ ਜੇ ਰਿਹਾਇਸ਼ ਦਾ ਬੰਦੋਬਸਤ ਹੋ ਵੀ ਗਿਆ ਤਾਂ ਉਹ ਕੁਝ ਜ਼ਿਆਦਾ ਦੇਰ ਵਾਸਤੇ ਨਹੀਂ ਹੋਏਗਾ। ਠੀਕ ਹੈ ਜੀ, ਤੁਸੀਂ ਕਰਨਾ ਕੀ ਹੈ ਜੀ, ਉਹ ਮੇਰੇ ਭਰਾ ਜਿਹੜੇ ਕਿ ਏਜੰਡਾ ਦੇ ਚੱਕਰਾਂ ਦੇ ਵਿੱਚ ਆ ਕੇ ਨਾ ਕਿ ਇੱਧਰ ਦਾ ਰੁੱਖ ਕਰ ਲੈਂਦੇ ਨੇ ਜੀ ਕਿ ਕੋਈ ਨਹੀਂ ਵਿਜ਼ਿਟ 'ਤੇ ਚਲੇ ਜਾਵਾਂਗੇ ਅਤੇ ਉੱਥੇ ਜਾ ਕੇ ਨੌਕਰੀ ਮਿਲ ਜਾਏਗੀ ਨਾ। ਮੇਰਾ ਭਰਾ ਇਹੋ ਜਿਹਾ ਕੰਮ ਸੋਚਣਾ ਵੀ ਨਾ, ਇਹ ਏਜੰਡ ਤੁਹਾਨੂੰ ਬੜੇ ਬੜੇ ਸਬਜ਼ ਬਾਗ ਦਿਖਾਉਂਦੇ ਆ ਕਿ ਉੱਥੇ ਜਾ ਕੇ ਇੰਜ ਹੋਈਏਗਾ, ਫਲਾਂ ਹੋਈਏਗਾ, ਟੀਂਗ ਹੋਈਏਗਾ। ਅਤੇ ਯਕੀਨ ਮੰਨੋ ਕਿ ਮੈਂ ਇੱਥੇ ਲੋਕਾਂ ਦਾ ਉਹ ਹਾਲ ਦੇਖੇ ਆ, ਮੈਨੂੰ ਆਏ ਆਪ ਸਿਰਫ 2 ਮਹੀਨੇ ਹੀ ਹੋਏ ਆ ਕਿ ਔਰ ਮੈਂ ਆਇਆ ਸਿਰਫ ਸੈਰ ਕਰਨ ਸਾਂ, ਮੁੜ ਕੇ ਮੇਰਾ ਇੱਥੇ ਮੂਡ ਬਣਿਆ ਜੋਬ ਦਾ ਲੇਕਿਨ ਮੈਂ ਕੀਤੀ ਨਹੀਂ। ਠੀਕ ਹੈ ਜੀ, ਮੇਰੇ ਨਾਲ ਮੈਂ ਤੁਹਾਨੂੰ ਇੱਕ ਆਪਣਾ ਵਾਕਿਆ ਸੁਣਾਉਣਾ ਵਾਂ, ਉਸ ਤੋਂ ਬਾਅਦ ਵੀਡੀਓ ਨੂੰ ਅੱਗੇ ਲੈ ਕੇ ਚੱਲਾਂਗੇ। ਮੈਂ ਉਸ ਤੋਂ ਪਹਿਲੇ ਸਾਊਦੀ ਅਰਬ ਜਾ ਚੁੱਕਿਆ ਵਾਂ ਉਮਰੇ ਵਾਸਤੇ ਨਾ, ਆਪਣੀ ਫੈਮਲੀ ਦੇ ਨਾਲ ਗਿਆ ਸਾਂ ਅਤੇ ਮਨ ਥੋੜ੍ਹਾ ਬਹੁਤ ਆਈਡੀਆ ਹੈ ਸੀ ਕਿ ਇੱਥੇ ਏਅਰਪੋਰਟ ਕਿਵੇਂ ਕ੍ਰੋਸ ਕਰੀਦਾ, ਬੋਰਡਿੰਗ ਕਿਵੇਂ ਕਰਨੀ ਹੈ ਅਤੇ ਹੋਰ ਜਿਹੜੇ ਮਾਮਲਾਤ ਨੇ ਉਹਨਾਂ ਦਾ ਮੈਨੂੰ ਥੋੜ੍ਹਾ ਬਹੁਤ ਆਈਡੀਆ ਹੈ ਸੀ।
ਲੇਕਿਨ ਸ਼ੁਕਰ ਅਲਹਮਦੁਲਿਲਾ ਉਸ ਤੋਂ ਇਲਾਵਾ ਮੇਰੀ ਫੈਮਿਲੀ ਜਿਹੜੀ ਸੀ ਨਾ ਮੈਨੂੰ ਲੈਣ ਵਾਸਤੇ ਏਅਰਪੋਰਟ 'ਤੇ ਆ ਚੁੱਕੇ ਸਨ, ਜਿਹਦੀ ਵਜ੍ਹਾ ਤੋਂ ਮੈਨੂੰ ਮਜ਼ੀਦ ਕੋਈ ਖੱਜਲ ਖੁਆਰੀ ਦਾ, ਯਾਨੀ ਕਿ ਖੱਜਲ ਖੁਆਰੀ ਤਾਂ ਮੈਨੂੰ ਹੋਈ ਨਹੀਂ, ਮਜ਼ੀਦ ਤਾਂ ਕਹਿਣਾ ਗਲਤ ਗੱਲ ਹੈ ਕਿ ਮੈਨੂੰ ਕਿਸੇ ਵੀ ਖੱਜਲ ਖੁਆਰੀ ਦਾ ਜਿਹੜਾ ਨਾ ਸਾਹਮਣਾ ਨਹੀਂ ਕਰਨਾ ਪਿਆ। ਮੇਰੇ ਨਾਲ ਮੇਰੇ ਹੀ ਜਹਾਜ਼ ਦੇ ਵਿੱਚ ਦੋ ਮੁੰਡੇ ਸਨ, ਠੀਕ ਹੈ ਜੀ। ਉਹ ਬਾਈ ਚਾਂਸ ਕੋਈ ਇਹ ਹੋਇਆ ਕਿ ਉਹ ਮੇਰੇ ਅੱਗੇ ਅੱਗੇ ਹੀ ਆਏ ਨੇ ਮੇਰੇ ਨਾਲ ਨਾਲ ਹੀ, ਅਤੇ ਵਿਚਾਰੇ ਬਿਲਕੁਲ ਵੀ ਕਹਿ ਲਓ ਕਿ ਸਾਦੇ ਜਿਹੇ ਲੋਕ ਮੁੰਡੇ ਸਨ, ਨਾ ਉਹਨਾਂ ਨੂੰ ਕੋਈ ਇੰਗਲਿਸ਼ ਬੋਲਣੀ ਆਉਂਦੀ ਸੀ, ਨਾ ਕਿਸੇ ਹੋਰ ਚੀਜ਼ ਦਾ ਪਤਾ ਸੀ। ਅਤੇ ਖੈਰ ਉਹਨਾਂ ਨੂੰ ਮੈਂ ਮੇਰੇ ਪਿੱਛੇ ਲੱਗੇ ਸਨ, ਮੈਨੂੰ ਪੁੱਛਦੇ ਗਏ ਅਤੇ ਮੈਂ ਉਹਨਾਂ ਨੂੰ ਕ੍ਰੋਸ ਕਰਵਾਉਂਦਾ ਗਿਆ। ਹੁਣ ਜਿਸ ਟਾਈਮ ਸਾਰਾ ਪ੍ਰੋਸੀਜਰ ਕ੍ਰੋਸ ਹੋ ਕੇ ਬਾਹਰ ਆਏ ਆ ਨਾ, ਅਤੇ ਏਅਰਪੋਰਟ ਤੋਂ ਬਾਹਰ ਨਿਕਲਣਾ ਸੀ, ਅਤੇ ਉਹ ਮੁੰਡਿਆਂ ਨੇ ਮੈਨੂੰ ਕਿਹਾ ਕਿ ਭਾਈ ਇੱਕ ਫੋਨ ਕਰਵਾ ਦਿਓ। ਮੈਂ ਕਿਹਾ ਯਾਰ ਮੈਂ ਫੋਨ, ਅੱਛਾ ਇੱਥੇ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਜਾਵਾਂ ਕਿ ਜਿਸ ਟਾਈਮ ਅਸੀਂ ਲਾਸਟ ਕਾਊਂਟਰ ਕ੍ਰੋਸ ਕੀਤਾ ਸੀ ਨਾ, ਅਤੇ ਉੱਥੋਂ ਮੈਨੂੰ ਉਹਨਾਂ ਨੇ ਇੱਕ ਸਿਮ ਦੇ ਦਿੱਤੀ ਸੀ, ਔਰ ਜਿਹੜੇ ਮੇਰੇ ਪਿੱਛੇ ਮੁੰਡੇ ਸਨ ਇਹਨਾਂ ਨੂੰ ਨਹੀਂ ਦਿੱਤੀ। ਮੈਨੂੰ ਇਸ ਚੀਜ਼ ਦੀ ਵੀ ਸਮਝ ਨਹੀਂ ਆਈ ਕਿ ਕਿਉਂ ਉਹਨਾਂ ਨੇ ਇਹਨਾਂ ਨੂੰ ਨਹੀਂ ਦਿੱਤੀ ਔਰ ਮੈਨੂੰ ਕਿਉਂ ਦੇ ਦਿੱਤੀ। ਅਤੇ ਉਹ ਮੁੰਡਿਆਂ ਨੇ ਮੇਰੇ ਪਿੱਛੇ ਦੇਖ ਲਿਆ ਮੈਨੂੰ, ਅਤੇ ਉਹ ਮੈਨੂੰ ਕਹਿੰਦੇ ਕਿ ਭਾਈ ਇੱਕ ਨਾ ਫੋਨ ਕਰਵਾ ਦਿਓ। ਮੈਂ ਕਿਹਾ ਯਾਰ ਫੋਨ ਅਤੇ ਇਹ ਸਿਮ ਜਿਹੜੀ ਮੈਂ ਵਿੱਚ ਪਾਈ ਨਹੀਂ ਹੈ, ਅਤੇ ਕਿਹਨੂੰ ਕਰਨਾ ਫੋਨ ਤੁਸੀਂ? ਉਹਨੇ ਕਿਹਾ ਜੀ ਕਿ ਅਸੀਂ ਨਾ ਏਜੰਟ ਨੂੰ ਫੋਨ ਕਰਨਾ, ਲੇਕਿਨ ਉਹ ਸਿਮ ਦੇ ਉੱਤੇ ਲਿਖਿਆ ਸੀ ਕਿ ਉਹਨੂੰ ਨਾ ਤੁਸੀਂ ਹਜੇ ਮੈਂ ਬਹਰ ਇਨ ਸ਼ੋਰਟ ਕਿ ਮੈਂ ਉਸ ਸਿਮ ਨੂੰ ਉਸ ਟਾਈਮ ਐਕਟਿਵ ਨਹੀਂ ਕਰ ਸਕਣਾ ਸਾ, ਠੀਕ ਹੈ। ਅਤੇ ਮੈਂ ਉਹਨਾਂ ਕੋਲ ਮਦਦ ਕੀਤੀ, ਮੈਂ ਕਿਹਾ ਯਾਰ ਮੈਂ ਨਹੀਂ ਫੋਨ, ਉਹਨੇ ਕਿਹਾ ਤੁਹਾਡੇ ਕੋਲ ਸਿਮ ਹੈ, ਮੈਂ ਕਿਹਾ ਲੇਕਿਨ ਮੈਂ ਇਹ ਨਾ ਐਕਟਿਵ ਨਹੀਂ ਕਰ ਸਕਦਾ, ਕੋਈ ਵਜ੍ਹਾ ਹੈ ਸੀ। ਅਤੇ ਖੈਰ ਮੈਂ ਉਹਨਾਂ ਮੈਨੂੰ ਕਹਿੰਦੇ ਕਿ ਹੁਣ ਕਰੀਏ ਕੀ? ਮੈਂ ਕਿਹਾ ਯਾਰ ਜੇ ਤੁਹਾਨੂੰ ਏਜੰਟ ਨੇ ਦਿੱਤਾ ਹੈ ਨਾ ਆਪਣਾ ਕੋਈ ਪਤਾ ਪੁਤਾ, ਉਹ ਕੀ ਦਿੱਤਾ? ਉਹਨੇ ਕਿਹਾ ਜੀ, ਉਹਨੇ ਕਿਹਾ ਸੀ ਏਅਰਪੋਰਟ ਤੋਂ ਬਾਹਰ ਆ ਜਾਣਾ। ਮੈਂ ਕਿਹਾ ਏਅਰਪੋਰਟ ਤੋਂ ਬਾਹਰ ਚਲੇ ਜਾਓ, ਅਤੇ ਬਾਹਰ ਉਹ ਤੁਹਾਡਾ ਇੰਤਜ਼ਾਰ ਕਰ ਰਿਹਾ ਹੋਣਾ ਵੇ, ਜਾਂ ਤੁਸੀਂ ਜਿੱਥੋਂ ਲੰਘੋਗੇ ਤੁਹਾਨੂੰ ਦੇਖ ਲੇਗਾ, ਜਾਂ ਤੁਹਾਡੇ ਨਾਂ ਦੀ ਉਹਨੇ ਕੋਈ ਪਲੇ ਕਾਰਡ ਫੜਿਆ ਜਾਂ ਬੋਰਡ ਫੜਿਆ ਹੋਏਗਾ, ਅਤੇ ਉਹ ਤੁਸੀਂ ਦੇਖ ਲੈਣਾ। ਖੈਰ ਉਹ ਕਹਿ ਕੇ ਮੈਂ ਚਲਾ ਗਿਆ ਅੱਗੇ, ਮੈਂ ਘਰਦਿਆਂ ਨਾਲ ਮੇਰੇ ਆ ਗਏ ਸਨ ਲੈ ਕੇ, ਅਤੇ ਮੈਂ ਆ ਗਿਆ। ਬਾਈ ਚਾਂਸ ਸ਼ਾਮ ਨੂੰ ਛੋਟੇ ਭਰਾ ਦੇ ਨਾਲ ਨਾ ਜ਼ਿਕਰ ਹੋਇਆ, ਮੈਂ ਕਿਹਾ ਯਾਰ ਇੰਜ ਨਾ ਦੋ ਮੁੰਡੇ ਸਨ, ਅਤੇ ਉਹ ਸਾਰੀ ਜੋ ਗੱਲਬਾਤ ਹੋਈ ਮੈਂ ਉਹਨਾਂ ਡਿਸਕਸ ਕੀਤੀ, ਅਤੇ ਉਹ ਵਿਚਾਰਾ ਨਾ ਇੱਕ ਅਫਸੋਸ ਭਰੀ ਗੱਲ ਨਾ ਮੇਰੇ ਨਾਲ ਕਰਨ ਲੱਗ ਪਿਆ। ਕਹਿੰਦਾ ਯਾਰ, ਅੱਛਾ ਮੈਂ ਉਹਨਾਂ ਨੂੰ ਪੁੱਛ ਲਿਆ, ਉਹ ਆਏ ਵੀ ਵਿਜ਼ਿਟ 'ਤੇ ਸਨ, ਠੀਕ ਹੈ ਨਾ, ਅਤੇ ਮੈਂ ਉਹਨੂੰ ਦੱਸਿਆ ਕਿ ਉਹ ਵਿਜ਼ਿਟ 'ਤੇ ਆਏ ਸਨ। ਮੈਂ ਮੇਰੀ ਉਹਨਾਂ ਨਾਲ ਗੱਲਬਾਤ ਥੋੜ੍ਹੀ ਹੋਈ ਨਾ, ਜਿਹਦੇ 'ਚ ਉੱਤੇ ਮੈਂ ਪੁੱਛ ਲਿਆ ਕਿ ਵਿਜ਼ਿਟ 'ਤੇ ਗਏ ਹੋ, ਅਤੇ ਛੋਟੇ ਭਰਾ ਨੂੰ ਮੈਂ ਦੱਸਿਆ ਕਿ ਵਿਜ਼ਿਟ 'ਤੇ ਗਏ ਸਨ, ਅਤੇ ਉਹ ਵਿਚਾਰਾ ਨਾ ਥੋੜ੍ਹਾ ਨਾ ਅਫਸਰਦਾ ਹੋਇਆ। ਉਹਨੇ ਕਿਹਾ ਯਾਰ ਭਾਈ ਤੁਹਾਨੂੰ ਹੁਣ ਨਹੀਂ ਪਤਾ ਇਹਨਾਂ ਨਾਲ ਹੋਣੀ ਕੀ ਹੈ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਯਾਰ ਕੀ ਮਤਲਬ ਕੀ ਹੋਣੀ? ਕਹਿੰਦਾ ਯਾਰ ਜੇ ਤਾਂ ਇਹਨਾਂ ਨੂੰ ਏਜੰਟ ਨਾ ਲੈਣ ਆਇਆ, ਜਿਹੜੇ ਕਿ ਕਹਿੰਦਾ ਇੱਥੇ 99% ਨਹੀਂ ਲੈਣ ਆਉਂਦੇ, ਠੀਕ ਹੈ ਜੀ, ਅਤੇ ਕਹਿੰਦਾ ਯਾਰ ਫਿਰ ਜੋ ਇਹਨਾਂ ਦੇ ਨਾਲ ਅੱਜ ਦੀ ਰਾਤ ਹੋਣੀ ਹੈ ਨਾ, ਉਹ ਤੁਸੀਂ ਸੋਚ ਵੀ ਨਹੀਂ ਸਕਦੇ। ਹੁਣ ਆਉਂਦੇ ਆਪਣੇ ਅਸਲ ਮੁੱਦੇ 'ਤੇ। ਹੁਣ ਮੇਰੇ ਉਹ ਭਰਾ ਜਿਹੜੇ ਇੱਥੇ ਆ ਕੇ ਕਹਿ ਸਮਝਦੇ ਨੇ ਕਿ ਅਸੀਂ ਇਲੀਗਲ ਦੁਬਈ 'ਚ ਰਹਿ ਲਾਂਗੇ, ਅਤੇ ਮੇਰੇ ਭਰਾ ਨਹੀਂ, ਤੁਸੀਂ ਸਮਝੋ ਕਿ ਹੁਣ ਤੁਹਾਡਾ ਰੁਲਣ ਵਾਲਾ ਟਾਈਮ ਸ਼ੁਰੂ ਹੋ ਗਿਆ, ਕਿਉਂਕਿ ਹੋਟਲਿੰਗ ਕਰਨੀ ਤੁਸੀਂ ਰੁਲ ਜਾਓਗੇ, ਖਾਣਾ ਫੂਡ ਦਾ ਸਿਲਸਿਲਾ ਤੁਸੀਂ ਰੁਲ ਜਾਓਗੇ, ਕਿਤੇ ਆਉਣਾ ਜਾਣਾ ਟਰੈਵਲਿੰਗ ਕਰਨੀ ਹੈ ਤੁਸੀਂ ਰੁਲ ਜਾਓਗੇ, ਕਿਉਂਕਿ ਨਾ ਤਾਂ ਤੁਸੀਂ ਇਲੀਗਲ ਹੋਣ ਦੇ ਬਾਅਦ ਇੱਥੇ ਸੁੱਖ ਦਾ ਸਾਹ ਲੈ ਸਕੋਗੇ, ਬਾਹਰ ਤੁਸੀਂ ਜਾਣਾ ਡਰਦੇ ਡਰਦੇ ਜਾਣਾ, ਅੰਦਰ ਤੁਹਾਨੂੰ ਪਤਾ ਕੋਈ ਨਹੀਂ ਕਿਹੜਾ ਟਾਈਮ ਛਾਪਾ ਪੈ ਜਾਣਾ। ਔਰ ਜੇ ਤੁਸੀਂ ਸਮਝਦੇ ਹੋ ਕਿ ਅਸੀਂ ਇੱਥੋਂ ਬਚ ਜਾਵਾਂਗੇ ਇੱਥੋਂ ਦੀ CID ਕੋਲੋਂ ਔਰ ਪੁਲਿਸ ਕੋਲੋਂ, ਤਾਂ ਉਹ ਵੀ ਤੁਹਾਡੀ ਬੜੀ ਵੱਡੀ ਗਲਤ ਫਹਿਮੀ ਜੇ, ਉਹ ਤੁਹਾਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਟਾਈਮ 'ਤੇ ਫੜ ਜ਼ਰੂਰ ਲੈਣਗੇ,
ਕਿਉਂਕਿ ਇੱਥੇ ਕੈਮਰਾ ਸਿਸਟਮ ਬਹੁਤ ਆਲਾ, ਇਹਨਾਂ ਦੀ ਪੁਲਿਸ ਦੁਨੀਆ ਦੀ ਬਿਹਤਰੀਨ ਪੁਲਿਸ ਹੈ, ਇਹਨਾਂ ਦੀ CDI ਬਿਹਤਰੀਨ ਕਿਸਮ ਦੀ ਏਜੰਸੀ ਹੈ। ਠੀਕ ਹੈ ਜੀ, ਉਹ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਗੱਲ ਕਰ ਰਹੇ ਹੋ ਅਤੇ ਤੁਹਾਡੇ ਨਾਲ ਹੀ ਖੜ੍ਹੇ ਹੁੰਦੇ ਨੇ, ਔਰ ਤੁਹਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿਸੇ ਟਾਈਮ ਤੁਸੀਂ ਸਾਹਮਣੇ ਕਿਸੇ ਨਾਲ ਗੱਲ ਕਰ ਰਹੇ ਹੋ, CID ਦੇ ਬੰਦੇ ਦੇ ਨਾਲ ਹੀ ਗੱਲ ਕਰ ਰਹੇ ਹੋ। ਠੀਕ ਹੈ ਜੀ, ਇਸ ਵਜ੍ਹਾ ਤੋਂ ਜਿਹੜਾ ਨਾ ਇਲੀਗਲ ਤੁਸੀਂ ਇੱਥੇ ਜੇ ਰਹਿਣ ਦਾ ਸੋਚ ਰਹੇ ਹੋ ਤਾਂ ਉਹ ਬਿਲਕੁਲ ਗਲਤ ਸੋਚ ਰਹੇ ਹੋ, ਇਹ ਕੰਮ ਬਿਲਕੁਲ ਨਾ ਕਰਨਾ। ਹੁਣ ਆਉਂਦੇ ਹਾਂ ਇੱਕ ਹੋਰ ਟੋਪਿਕ 'ਤੇ। ਅੱਜ ਕੱਲ੍ਹ ਇਹ ਟੋਪਿਕ ਹੈ ਨਾ ਜਿਹੜਾ ਬਹੁਤ ਜ਼ਿਆਦਾ ਦੁਬਈ 'ਚ ਆਮ ਹੋਇਆ ਹੋਵੇ, ਔਰ ਬੜੇ ਲੋਕ ਜਿਹੜੇ ਨੇ ਨਾ ਉਹ ਇਸ ਕੰਮ ਦੇ ਵਿੱਚ ਇੰਡੀਆ, ਪਾਕਿਸਤਾਨ ਔਰ ਬੰਗਲਾਦੇਸ਼ ਤੋਂ ਦੁਬਈ 'ਚ ਆ ਰਹੇ ਨੇ, ਬਲਕਿ UAE 'ਚ ਆ ਰਹੇ ਨੇ, ਔਰ ਉਹਨਾਂ ਵਾਸਤੇ ਇਸ ਮੈਂ ਇੱਕ ਸਪੈਸ਼ਲ ਵੀਡੀਓ ਜਿਹੜੀ ਨਾ ਬਹੁਤ ਸਪੈਸ਼ਲ ਹੈ ਉਹਨਾਂ ਵਾਸਤੇ, ਔਰ ਉਹਨਾਂ ਨੂੰ ਖਬਰਦਾਰ ਕਰ ਰਿਹਾ ਵਾਂ ਕਿ ਜੇ ਤੁਹਾਨੂੰ ਕੋਈ ਏਜੰਟ ਜਾਂ ਕੋਈ ਬੰਦਾ ਉੱਥੇ ਸਬਜ਼ ਬਾਗ ਦਿਖਾਉਂਦਾ ਕਿ ਚੱਲ ਕੇ UAE ਦੇ ਵਿੱਚ ਭੀਖ ਮੰਗਣੀ ਸ਼ੁਰੂ ਕਰ ਦਿਓ, ਭਿਖਾਰੀ ਬਣ ਜਾਓ, ਕਦੀ ਨਾ ਕਰਨਾ, ਇਹ ਕੰਮ ਕਦੀ ਵੀ ਨਾ ਕਰਿਆ ਜੀ। ਇਹ ਉਹ ਭਰਾ ਵੀ ਜਿਹੜਾ ਕਿ ਕਿੰਨਾ ਕੁ ਵੀ ਮਜਬੂਰ ਹੋਵੇ ਅਤੇ ਉਹ ਵੀ ਇੱਥੇ ਆ ਕੇ ਮੰਗਣ ਦੇ ਬਾਰੇ ਸੋਚੇ ਵੀ ਨਾ। ਠੀਕ ਹੈ ਜੀ, ਇੱਕ ਤਾਂ CID ਬਹੁਤ ਛੇਤੀ ਫੜ ਲੈਂਦੀ ਹੈ, ਕਿਉਂਕਿ ਇੱਥੇ ਇੱਕ ਰੂਲ ਹੈਗਾ ਵੇ ਕਿ ਤੁਸੀਂ ਨਾ ਕਿਸੇ ਨੂੰ ਵੀ ਭੀਖ ਨਹੀਂ ਦੇ ਸਕਦੇ। ਮੈਂ ਮਸਜਿਦ 'ਚੋਂ ਨਮਾਜ਼ ਪੜ੍ਹ ਕੇ ਬਾਹਰ ਨਿਕਲਿਆ ਅਤੇ ਉੱਥੇ ਨਾ ਇੱਕ ਖਾਤੂਨ ਸੀ, ਔਰ ਇੱਕ ਖਾਤੂਨ ਸ਼ਾਇਦ ਇੱਕ ਦੋ ਗਈਆਂ ਸਨ, ਔਰ ਇੱਕ ਬੰਦਾ ਸੀ ਉਹਦਾ ਨਾ ਇਹਨਾਂ ਨਾਲ ਸ਼ਾਇਦ ਥਲੜਾ ਹਿੱਸਾ ਹੀ ਨਹੀਂ ਸੀਗਾ, ਅਤੇ ਮੈਨੂੰ ਵੇਖ ਕੇ ਬੜਾ ਤਰਪ ਹੋਇਆ ਅਤੇ ਦੁੱਖ ਵੀ ਹੋਇਆ ਕਿ ਯਾਰ ਮੇਰੇ ਕੋਲ ਕੋਈ ਕੈਸ਼ ਨਹੀਂ ਗਾ ਅਤੇ ਮੈਂ ਉਹਨਾਂ ਕੁਛ ਦੇ ਨਹੀਂ ਸਕਿਆ। ਅਤੇ ਜ਼ਾਹਿਰ ਇੱਥੇ ਦੇ ਐਕਸਪੀਰੀਅੰਸ ਜਿਹੜੇ ਨੇ ਉਹ ਫਿਰ ਘਰ ਜਾ ਕੇ ਮੇਰੀ ਫੈਮਿਲੀ ਜੋ ਕਿ ਇੱਥੇ ਹੀ ਹੈ ਅਤੇ ਉਹਨਾਂ ਨਾਲ ਡਿਸਕਸ ਕਰੀਦੇ ਨੇ ਕਿ ਯਾਰ ਅੱਜ ਫਲਾਂ ਬੰਦਾ ਸੀ ਅਤੇ ਮੈਂ ਉਹਨੂੰ ਦੇਖਿਆ ਅਤੇ ਮੈਂ ਉਹਨੂੰ ਉਹਦੀ ਕੋਈ ਮਦਦ ਨਹੀਂ ਕਰ ਸਕਿਆ, ਜਾਂ ਜੋ ਵੀ ਮਾਮਲਾਤ ਹੋਇਆ ਦੱਸਿਆ ਉਹਨਾਂ ਨੂੰ ਆ ਕੇ। ਅਤੇ ਉੱਥੇ ਵੀ ਮੇਰੇ ਛੋਟੇ ਭਰਾ ਨੇ ਨਾ ਮੈਨੂੰ ਮਨਾ ਕੀਤਾ, ਉਹਨਾਂ ਨੇ ਸਮਝਾਇਆ, ਉਹਨੇ ਕਿਹਾ ਭਾਈ ਜਾਨ ਕਿਸੇ ਮੰਗਣ ਵਾਲੇ ਨੂੰ ਤੁਸੀਂ ਪੈਸਾ ਨਹੀਂ ਦੇਣਾ। ਮੈਂ ਬੜਾ ਹੈਰਾਨ ਹੋਇਆ ਯਾਰ, ਮੈਂ ਕਿਹਾ ਯਾਰ ਉਹਨੂੰ ਵਿਚਾਰਾ ਮੰਗਣ ਬੈਠਾ ਹੈ ਕਿਸੇ ਵਜ੍ਹਾ ਤੋਂ ਹੀ ਬੈਠਾ ਨਾ। ਉਹਨੇ ਕਿਹਾ ਯਾਰ ਇਹ ਪਾਕਿਸਤਾਨ ਨਹੀਂ, ਨਾ ਇੰਡੀਆ, ਨਾ ਬੰਗਲਾਦੇਸ਼, ਇਹ ਦੁਬਈ ਹੈ, ਔਰ ਦੁਬਈ ਬਲਕਿ ਪੂਰੇ UAE ਦੇ ਵਿੱਚ, UAE ਨੂੰ ਛੱਡ ਦਿਓ ਪੂਰੇ ਗਲਫ ਦੇ ਵਿੱਚ ਜਿਹੜਾ ਨਾ ਭੀਖ ਮੰਗਣਾ ਇੱਕ ਜੁਰਮ ਸਮਝਿਆ ਜਾਂਦਾ, ਸਮਝਿਆ ਤਾਂ ਸਾਡੇ ਮੁਲਕ 'ਚ ਵੀ ਜਾਂਦਾ ਵੇ, ਉੱਥੇ ਵੀ ਇਹਨਾਂ ਬਾਰੇ ਬੜੇ ਕਰੈਕਟ ਡਾਊਨ ਹੁੰਦੇ ਨੇ, ਲੇਕਿਨ ਉੱਥੇ ਇੰਨੀਆਂ ਸਖਤ ਸਜ਼ਾਵਾਂ ਨਹੀਂ ਨੇ ਜਿੰਨੀਆਂ ਕਿ ਗਲਫ 'ਚ ਗਈਆਂ ਨੇ, ਔਰ ਖਾਸ ਤੌਰ 'ਤੇ UAE ਔਰ ਕਤਰ ਦੇ ਵਿੱਚ। ਉਹ ਕਹਿੰਦਾ ਕਿ ਤੁਸੀਂ ਇਹਨਾਂ ਨੂੰ ਪੈਸੇ ਦਿਓਗੇ ਨਾ ਤਾਂ ਤੁਸੀਂ ਵੀ ਫੜੇ ਜਾ ਸਕਦੇ ਹੋ। ਇੱਕ ਮੇਰੇ ਵਾਸਤੇ ਇਹ ਸ਼ੋਕਿੰਗ ਸੀ ਗੱਲ ਜਿਹੜੀ ਨਾ, ਮੈਂ ਕਿਹਾ ਯਾਰ ਮੈਂ ਕਿਉਂ ਫੜਿਆ ਜਾ ਸਕਣਾ ਵਾਂ, ਮੈਂ ਤਾਂ ਉਹਨੂੰ ਇੱਕ ਮਤਲਬ ਉਹਦੀ ਮਦਦ ਵਾਸਤੇ ਦੇ ਰਿਹਾ ਵਾਂ। ਉਹਨੇ ਕਿਹਾ ਉਹ ਤੁਸੀਂ ਇਸ ਤੋਂ ਫੜੇ ਜਾ ਸਕਦੇ ਹੋ ਕਿਉਂਕਿ ਇੱਕ ਚੀਜ਼ ਬੈਨ ਹੈ। ਠੀਕ ਹੈ ਜੀ, ਫਕੀਰ ਨੂੰ ਪੈਸਾ ਦੇਣਾ ਜਿਹੜਾ ਨਾ ਬੈਨ ਹੈ, ਔਰ ਤੁਸੀਂ ਜੇ ਉਹਨੂੰ ਪੈਸੇ ਦੇ ਰਹੇ ਹੋ ਤਾਂ ਜ਼ਾਹਿਰ ਇਹ ਗੱਲ ਹੈ ਤੁਸੀਂ ਕਾਨੂੰਨ ਦੀ ਖਿਲਾਫ ਵਰਜ਼ੀ ਕਰ ਰਹੇ ਹੋ। ਔਰ ਕਹਿੰਦਾ ਇਹਦੇ 'ਚ ਵੀ ਕੋਈ ਬੇਈਦ ਨਹੀਂ ਗੀ ਕਿ ਸਾਹਮਣੇ ਜਿਹੜਾ ਫਕੀਰ ਬੈਠਾ ਹੋਵੇ ਉਹ CID ਦਾ ਹੀ ਬੰਦਾ ਹੋਵੇ। ਠੀਕ ਹੈ ਜੀ, ਕਿਉਂਕਿ ਉਹਨਾਂ ਦੀ ਡਿਊਟੀਜ਼ ਨੇ, ਉਹਨਾਂ ਨੇ ਚੈੱਕ ਕਰਨਾ ਕਿ ਕੌਣ ਬੰਦਾ ਇਹਨਾਂ ਨੂੰ ਸਪੋਰਟ ਕਰਦਾ ਔਰ ਕੌਣ ਨਹੀਂ ਕਰਦਾ ਪਿਆ, ਔਰ ਜਿਹੜੇ ਖੈਰ ਉਹਨਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਉਹ ਫੜਦੇ ਨੇ ਔਰ ਫਾਈਨ ਹੁੰਦਾ ਉਹਨਾਂ ਨੂੰ।
ਠੀਕ ਹੈ ਜੀ। ਲੇਕਿਨ ਫਾਈਨ ਜਿਹੜਾ ਨਾ ਉਹ ਸਾਨੂੰ ਹੋ ਜਾਏਗਾ, ਠੀਕ ਹੈ, ਜਾਂ ਸ਼ਾਇਦ ਹੋ ਸਕਦਾ ਵੇ ਕਿ ਐਜ਼ ਏ ਵਿਜ਼ਿਟਰ ਉਹ ਮੈਨੂੰ ਇੱਕ ਦਫ਼ਾ ਵਾਰਨਿੰਗ ਦੇ ਕੇ ਵੀ ਛੱਡ ਦਿੰਦੇ, ਜਾਂ ਖੁਦਾ ਨਾ ਖਾਸਾ ਜਿਹਾ ਹੋ ਜਾ ਸੀਨ ਇਨ ਕੇਸ ਹੋਵੇ ਤਾਂ, ਠੀਕ ਹੈ। ਲੇਕਿਨ ਜਿਹੜਾ ਇੱਥੇ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਨਾ ਉਹਨੂੰ 100% ਫਾਈਨ ਹੋਏਗਾ ਕਿਸੇ ਫਕੀਰ ਨੂੰ ਪੈਸੇ ਦਿੰਦਾ ਉਹ ਫੜਿਆ ਗਿਆ ਤਾਂ, ਠੀਕ ਹੈ ਜੀ। ਇਹ ਤਾਂ ਹੋ ਗਿਆ ਦੇਣ ਵਾਲੇ ਬੰਦੇ ਦੀ ਸਜ਼ਾ, ਜਿਹੜੀ ਕਿ 100-200 ਦਿਰਮ ਤੱਕ ਉਹਦੀ ਜਿਹੜੀ ਹੈ ਨਾ ਅਮਾਊਂਟ ਬਣਦੀ ਹੈ, ਇੰਨਾ ਕੁ ਫਾਈਨ ਕਰ ਦਿੰਦੇ ਨੇ ਆ ਫਕੀਰ ਨੂੰ ਪੈਸੇ ਦੇਣ ਤੋਂ, ਠੀਕ ਹੈ ਜੀ। ਹੁਣ ਜੇ ਦੇਣ ਵਾਲੇ 'ਤੇ ਇੰਨੀ ਸਖ਼ਤ ਸਜ਼ਾ ਹੋ ਸਕਦੀ ਹੈ, ਉਹ 100-200 ਦਿਰਮ ਪਾਕਿਸਤਾਨੀ ਕੋਈ 17-18,000 ਰੁਪਈਆ ਬਣ ਜਾਂਦਾ, ਠੀਕ ਹੈ ਜੀ। ਅਤੇ ਦੇਣ ਵਾਲੇ 'ਤੇ ਇੰਨੀ ਸਖ਼ਤ ਸਜ਼ਾ ਹੋ ਸਕਦੀ ਹੈ, ਅਤੇ ਹੁਣ ਤੁਸੀਂ ਸੋਚੋ ਲੈਣ ਵਾਲੇ 'ਤੇ ਫਿਰ ਕੀ ਹੁੰਦਾ ਹੋਏਗਾ, ਠੀਕ ਹੈ ਜੀ। ਲੈਣ ਵਾਲੇ ਨੂੰ ਭਾਜਨ ਸਿੱਧਾ ਪਹਿਲੇ 'ਤੇ ਪਾਉਂਦੇ ਨੇ ਜੇਲ੍ਹ 'ਚ, ਠੀਕ ਹੈ ਜੀ। ਉੱਥੇ ਥੋੜ੍ਹੀ ਖਾਤਰ ਮੁਤਾਰਤ ਵੀ ਹੋ ਜਾਂਦੀ ਉਹਨਾਂ ਦੀ, ਹਾਲਾਂਕਿ ਇੱਥੋਂ ਦੀ ਪੁਲਿਸ ਜਿਹੜੀ ਨਾ ਉਹ ਮਾਰਦੀ ਨਹੀਂ, ਠੀਕ ਹੈ। ਲੇਕਿਨ ਇਸ ਕੇਸ ਦੇ ਵਿੱਚ ਥੋੜ੍ਹੀ ਜਿਹੀ ਖਾਤਰ ਮੁਤਾਰਤ ਕਰ ਦਿੰਦੇ ਨੇ, ਫਿਰ ਉਹ ਪਹਿਲੇ ਸੁੱਟਦੇ ਨੇ ਜੇਲ੍ਹ 'ਚ, ਠੀਕ ਹੈ ਜੀ। ਉੱਥੇ ਜਿਹੜੀ ਜ਼ਿੰਦਗੀ ਹੈ ਨਾ ਕੋਈ ਮਹੀਨਾ ਡੇਢ ਜਿੰਨਾ ਕੁ ਵੀ ਲੱਗ ਜਾਵੇ ਉਹ ਤਾਂ ਤੋਬਾ ਅੱਲਾਹ ਤਾਲਾ ਮਾਫ਼ ਫਰਮਾਉਣ, ਉਹ ਕਹਿੰਦੇ ਨੇ ਜੀ ਕਿਸੇ ਦੁਸ਼ਮਣ ਨੂੰ ਵੀ ਨਾ ਅੱਲਾਹ ਪਾ ਕੇ ਇਹਨਾਂ ਦੀ ਜੇਲ੍ਹਾਂ 'ਚ ਭੇਜੇ, ਠੀਕ ਹੈ ਜੀ। ਉਹ ਮਹੀਨਾ ਡੇਢ ਜਿਹੜਾ ਨਾ ਉਹ ਬੜਾ ਖੌਫਨਾਕ ਹੁੰਦਾ। ਔਰ ਫਿਰ ਇੱਕ ਹੋਰ ਚੀਜ਼ ਦੱਸਾਂ ਜੀ ਕਿ ਤੁਹਾਨੂੰ ਜੇਲ੍ਹ ਦੇ ਵਿੱਚ ਜਿਸ ਪੁਲਿਸ ਵਾਲੇ ਨੇ ਪਾਇਆ ਨਾ ਛੁਡਵਾਉਣਾ ਵੀ ਤੁਹਾਨੂੰ ਉਹਨੇ ਹੀ ਹੈ, ਉਹ ਇਨ ਕੇਸ ਖੁਦਾ ਨਾ ਖਾਸਤਾ ਕਿਤੇ ਚਲਾ ਗਿਆ ਜਾਂ ਉਹਦੇ ਉਹ ਐਕਸਪਾਇਰ ਹੋ ਗਿਆ, ਉਹਦੀ ਡੈਥ ਹੋ ਗਈ ਹੈ, ਅਤੇ ਤੁਹਾਡਾ ਕੇਸ ਜਿਹੜਾ ਨਾ ਉਹਦੇ ਕੋਲ ਹੀ ਹੈ, ਅਤੇ ਉਹਨੇ ਹੀ ਤੁਹਾਨੂੰ ਬਾਹਰ ਕਢਵਾਉਣਾ ਜੇ, ਠੀਕ ਹੈ ਜੀ। ਉਹ ਖੁਦਾ ਨਾ ਖਾਸਤਾ ਇਨ ਕੇਸ ਉਹਦੇ ਨਾਲ ਕੋਈ ਐਕਸੀਡੈਂਟ ਹੋ ਜਾਂਦਾ ਵੇ, ਤਾਂ ਸਮਝੋ ਉਹਦੇ ਨਾਲ ਨਹੀਂ ਹੋਇਆ, ਉਹ ਤੁਹਾਡੇ ਨਾਲ ਹੋ ਗਿਆ, ਠੀਕ ਹੈ ਜੀ। ਤੁਹਾਨੂੰ ਜੇਲ੍ਹੋਂ ਕੋਈ ਨਹੀਂ ਕਢਵਾ ਸਕਦਾ, ਕਲੀਅਰ। ਇਸ ਤੋਂ ਮੰਗਣ ਵਾਲੇ ਕੰਮ ਤੋਂ ਬਚਣਾ, ਠੀਕ ਹੈ ਜੀ। ਇਹ ਤਾਂ ਹੋ ਗਈ ਜੇਲ੍ਹ ਤੱਕ ਦੀ ਸਜ਼ਾ। ਹੁਣ ਇਹਨਾਂ ਨੇ ਜੋ ਤੁਹਾਨੂੰ ਬਾਹਰ ਕੱਢਣਾ ਹੋਵੇ ਨਾ, ਅਤੇ ਫਿਰ ਇਹਨਾਂ ਨੇ ਤੁਹਾਡਾ ਫੇਸ ਸਕੈਨ ਕਰ ਲੈਣਾ ਵੇ, ਉਹ ਤੁਹਾਡੀ ਆਈਜ਼ ਸਕੈਨ ਕਰ ਲੈਣੀਆਂ ਨੇ। ਆ ਉਹ ਇੱਕ ਹੋਰ ਤੁਹਾਨੂੰ ਮੈਂ ਇੱਥੇ ਇੱਕ ਚੀਜ਼ ਦੱਸਦਾ ਜਾਵਾਂ ਕਿ ਅਨਕਰੀਬ UAE ਦੇ ਵਿੱਚ ਇੱਕ AI ਟੈਕਨੋਲੋਜੀ ਇੰਟਰੋਡਿਊਸ ਹੋਣ ਲੱਗੀ ਜੇ, ਠੀਕ ਹੈ ਜੀ। ਇਹ ਤੁਹਾਨੂੰ ਮੈਂ ਟੋਪਿਕ ਖਤਮ ਕਰ ਲਵਾਂ, ਅਤੇ ਫਿਰ ਮੈਂ ਤੁਹਾਨੂੰ AI ਦੇ ਬਾਰੇ ਦੱਸਣਾ ਵਾਂ ਇਹ ਕਿਹੜੀ ਖੌਫਨਾਕ ਚੀਜ਼ ਜੇ। ਇਸ ਤੋਂ ਬਾਅਦ ਤਾਂ ਤੁਸੀਂ ਸੋਚਣਾ ਵੀ ਨਾ ਕਿ ਇੱਥੇ ਇਲੀਗਲ ਰਹੋਗੇ, ਠੀਕ ਹੈ ਜੀ। ਅੱਛਾ, ਹੁਣ ਉਹ ਤੁਹਾਨੂੰ ਫਿਰ ਇੱਥੋਂ ਲਾਈਫ ਟਾਈਮ ਡਿਪੋਰਟ ਕਰਨਗੇ, ਤੁਹਾਡੀ ਆਈਜ਼ ਜਿਹੜੀ ਹੈ ਨਾ ਉਹ ਸਕੈਨ ਕਰ ਲੈਣਗੇ। ਮੇਰਾ ਇੱਕ ਕਜ਼ਨ ਹੈਗਾ ਵੇ, ਉਹ ਇੱਥੋਂ ਡਿਪੋਰਟ ਹੋਇਆ ਵੇ ਇਲੀਗਲ ਦੇ, ਯਾਨੀ ਕਿ ਉਹ ਓਵਰਸਟੇ ਇੱਥੇ ਰਿਹਾ ਸੀ, ਇਲੀਗਲ ਰਿਹਾ ਸੀ, ਔਰ ਉਹ ਕੋਈ ਮੇਰਾ ਖਿਆਲ 12-15 ਸਾਲ ਪਹਿਲੇ ਉਹ ਡਿਪੋਰਟ ਹੋਇਆ ਵੇ, ਔਰ ਅੱਜ ਤੋਂ ਕੋਈ 2 ਸਾਲ ਪਹਿਲੇ ਉਹਨੇ ਦੁਬਾਰਾ ਟਰਾਈ ਕੀਤੀ ਹੈ UAE ਆਉਣ ਦੀ, ਅਤੇ ਲੇਕਿਨ ਨਹੀਂ, ਉਹਨਾਂ ਨੇ ਏਅਰਪੋਰਟ ਤੋਂ ਉਹਨੂੰ ਕਰੋਸ ਨਹੀਂ ਹੋਣ ਦਿੱਤਾ, ਏਅਰਪੋਰਟ ਤੋਂ ਹੀ ਵਾਪਸ ਭੇਜ ਦਿੱਤਾ ਸੀ, ਔਰ ਉਹਨੂੰ ਦੱਸਤਾ ਸੀ ਕਿ ਤੁਸੀਂ ਫਲਾਂ ਡੇਟ ਨੂੰ ਫਲਾਂ ਕੇਸ ਦੇ ਵਿੱਚ ਇੱਥੋਂ ਡਿਪੋਰਟ ਹੋ ਚੁੱਕੇ ਹੋ, ਲਿਹਾਜ਼ਾ ਤੁਸੀਂ ਨਹੀਂ UAE ਆ ਸਕਦੇ। ਉਹਦਾ ਜਿਹੜਾ ਪੈਸਾ ਪੂਸਾ ਲੱਗਾ ਸੀ ਉਹ ਸਾਰਾ ਬਰਬਾਦ, ਉਹਨੂੰ ਵੀ ਏਜੰਟ ਨੇ ਸਬਜ਼ ਬਾਗ ਦਿਖਾ ਦਿੱਤਾ ਸੀ ਕਿ ਚਲਾ ਜਾ, 10 ਸਾਲਾਂ ਬਾਅਦ ਉਹਨਾਂ ਦਾ ਰਿਕਾਰਡ ਜਿਹੜਾ ਨਾ ਉਹ ਡਿਸਕਾਰਡ ਕਰ ਦਿੰਦੇ ਨੇ, ਨਹੀਂ ਕਰਦੇ, ਨਹੀਂ ਹੋਇਆ। ਐ ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ, ਮੇਰੇ ਆਪਣੇ ਘਰ ਦੇ ਵਿੱਚ ਬੀਤੀ ਹੋਈ ਚੀਜ਼ ਹੈ ਜਿਹੜੀ ਨਾ ਮੈਂ ਤੁਹਾਨੂੰ ਉਹ ਦੱਸ ਰਿਹਾ ਹਾਂ, ਠੀਕ ਹੈ ਜੀ। ਉਹਦਾ ਰਿਕਾਰਡ ਮੌਜੂਦ ਸੀ, ਉਹਨੂੰ ਨਹੀਂ ਆਉਣ ਦਿੱਤਾ ਉਹਨਾਂ ਨੇ। ਤੁਹਾਨੂੰ ਜੇ ਲਾਈਫ ਟਾਈਮ ਬੈਨ ਕਰ ਦਿੰਦੇ ਨੇ ਤਾਂ ਤੁਸੀਂ ਲਾਈਫ ਟਾਈਮ। ਅੱਛਾ, ਇੱਕ ਹੋਰ ਗੱਲ, ਜੇ ਖਾਲੀ UAE 'ਚ ਤੁਸੀਂ ਬੈਨ ਨਹੀਂ ਗਏ, ਇਹਦੇ ਨਾਲ ਕੋਈ 6-7 ਮੁਲਕ ਹੋਰ ਵੀ ਨੇ ਜਿਨ੍ਹਾਂ 'ਚ ਤੁਸੀਂ ਬੈਨ ਹੋ ਜਾਂਦੇ ਹੋ, ਜਿਹਦੇ ਵਿੱਚ ਕਤਰ, UAE, ਅਮਾਨ ਔਰ ਸਾਊਦੀ ਅਰਬ, ਔਰ ਇੱਕ ਹੋਰ ਹੀ ਗਾਵੇ ਉਹ ਮੇਰੇ ਨਾਲ ਉਹ ਜ਼ਿਹਨ 'ਚ ਨਹੀਂ ਆ ਰਿਹਾ। ਇਹ ਉਹ 3-4-5-6 ਜਿਹੜੀਆਂ ਕੰਟਰੀਜ਼ ਹੈਗੀਆਂ ਨਾ ਉਹ ਹੈਗੀਆਂ ਨੇ ਕਿ ਜਿੱਥੇ ਪਾਕਿਸਤਾਨੀ ਇੰਡੀਅਨਸ ਔਰ
ਬੰਗਲਾਦੇਸ਼ ਜਿਹੜੇ ਨਾ ਕੰਮ ਕਰਨ ਵਾਸਤੇ ਜਾਂਦੇ ਨੇ, ਉਹਨਾਂ ਮੁਲਕਾਂ 'ਚ ਤੁਸੀਂ ਬੈਨ ਹੋ ਜਾਂਦੇ ਤਾਂ ਉੱਥੇ ਤੁਸੀਂ ਨਹੀਂ ਜਾ ਸਕਦੇ। ਠੀਕ ਹੈ ਜੀ। ਅਤੇ ਇਹ ਸੀ ਜੀ ਅੱਜ ਆਪਣਾ ਇੱਕ ਛੋਟਾ ਜਿਹਾ ਟੋਪਿਕ ਉਹਨਾਂ ਭਰਾਵਾਂ ਵਾਸਤੇ ਜਿਹੜੇ ਇਲੀਗਲ ਇੱਥੇ ਆ ਕੇ ਰਹਿਣਾ ਚਾਹੁੰਦੇ ਨੇ, ਅਤੇ ਉਹਨਾਂ ਵਾਸਤੇ ਇਹ ਹੱਥ ਜੋੜ ਕੇ ਮੈਂ ਤੁਹਾਨੂੰ ਕਹਿੰਦਾ ਵਾ ਨਾ ਆਉਣਾ। ਮੈਂ ਇੱਥੇ ਬੜੇ ਬੜੇ ਲੋਕਾਂ ਨੂੰ ਰੋਂਦੇ ਵੇਖਿਆ ਜੀ। ਠੀਕ ਹੈ ਜੀ। ਅਤੇ ਆਓ ਅਤੇ ਵਰਕ ਪਰਮਿਟ 'ਤੇ ਆਉਣਾ। ਠੀਕ ਹੈ ਜੀ। ਕਿਸੇ ਏਜੰਟ ਦੀ ਕਿਸੇ ਬੰਦੇ ਦੀ ਗੱਲਾਂ ਦੇ ਵਿੱਚ ਆ ਕੇ ਇਲੀਗਲ ਨਾ ਆਉਣਾ, ਬਲਕਿ ਮਤਲਬ ਕਿ ਇਲੀਗਲ ਨਾ ਹੋਣਾ, ਕਿਉਂਕਿ ਇਹ ਤੁਹਾਨੂੰ ਆਪਣੇ ਥੋੜ੍ਹੇ ਜਿਹੇ ਪੈਸਿਆਂ ਪਿੱਛੇ ਤੁਹਾਡੀ ਪੂਰੀ ਜ਼ਿੰਦਗੀ ਜਿਹੜੇ ਉਹ ਬਰਬਾਦ ਕਰ ਦਿੰਦੇ ਨੇ। ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਇਹਨਾਂ ਦੇ ਦਿਲ ਪੱਥਰ ਹੋ ਚੁੱਕੇ ਹੁੰਦੇ ਨੇ, ਤੁਹਾਡੀ ਜ਼ਿੰਦਗੀ ਖਰਾਬ ਹੋਏਗੀ ਜਾਂ ਕੁਛ ਵੀ ਹੋਏਗਾ, ਇਹਨਾਂ ਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪਏਗਾ। ਅਤੇ ਮੇਰਾ ਭਰਾ ਜਦੋਂ ਵੀ ਆਓ ਲੀਗਲ ਵੀਜ਼ੇ 'ਤੇ ਆਓ, ਜੈਨੂਅਲ ਵਰਕ ਪਰਮਿਟ 'ਤੇ ਆਓ, ਅਤੇ ਦੁਬਈ ਵਰਗਾ ਮੁਲਕ ਕੋਈ ਵੀ ਨਹੀਂ। ਠੀਕ ਹੈ ਜੀ। ਇਹ ਤੁਹਾਨੂੰ ਸਿਕਿਉਰਿਟੀ ਵੀ ਦੇਗਾ, ਇਹ ਤੁਹਾਨੂੰ ਰੁਪਈਆ ਪੈਸਾ ਵੀ ਦੇਗਾ। ਠੀਕ ਹੈ ਜੀ। ਤੁਹਾਨੂੰ ਹਰ ਸਹੂਲਤ ਦੇਗਾ, ਲੇਕਿਨ ਬਸ਼ਰਤੇ ਕਿ ਤੁਸੀਂ ਲੀਗਲ ਹੋਵੋਗੇ। ਅਤੇ ਉਮੀਦ ਕਰਨਾ ਵਾ ਹੁਣ ਮੇਰੇ ਉਹਨਾਂ ਭੈਣਾਂ ਭਰਾਵਾਂ ਨੂੰ ਸਮਝ ਆ ਗਈ ਹੋਏਗੀ, ਬਲਕਿ ਖਾਸ ਤੌਰ 'ਤੇ ਭਰਾਵਾਂ ਨੂੰ, ਭੈਣਾਂ 'ਤੇ ਇੰਝ ਦੇ ਕੰਮ ਨਹੀਂ ਕਰਦੀਆਂ, ਭਰਾਵਾਂ ਨੂੰ ਸਮਝ ਆ ਗਈ ਹੋਏਗੀ ਕਿ ਜਿਨ੍ਹਾਂ ਦਾ ਦਿਮਾਗ ਹੀ ਆਵੇ ਕਿ ਜੀ ਅਸੀਂ ਇਲੀਗਲ ਜਾ ਕੇ ਦੁਬਈ ਦੇ ਵਿੱਚ ਰਹਿ ਲਾਂਗੇ ਔਰ ਕੋਈ ਕੰਮ ਸ਼ਾਮ ਕਰ ਲਾਂਗੇ, ਅਤੇ ਉਹਨਾਂ ਨੂੰ ਬੜੀ ਹੱਦ ਤੱਕ ਗੱਲ ਸਮਝ ਆ ਗਈ ਹੋਏਗੀ। ਅਤੇ ਇਹ ਤੋਂ ਨਾਲ ਹੀ ਅੱਜ ਦੀ ਵੀਡੀਓ ਖਤਮ ਕਰਨੇ ਹਾਂ। ਅਤੇ ਵੀਡੀਓ ਪਸੰਦ ਆਵੇ ਤਾਂ ਸ਼ੇਅਰ ਲਾਈਕ ਲਾਜ਼ਮੀ ਕਰਿਆ ਜੇ, ਔਰ ਚੈਨਲ ਦੀ ਸਪੋਰਟਿੰਗ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ, ਘੰਟੀ ਦਾ ਬਟਨ ਦਬਾ ਦਿਆ ਜੇ, ਤਾਂ ਕਿ ਇਹੋ ਜਿਹੀ ਇਨਫੋਰਮੇਟਿਵ ਵੀਡੀਓਜ਼ ਜਿਹੜੀਆਂ ਨੇ ਸਭ ਤੋਂ ਪਹਿਲੇ ਤੁਹਾਨੂੰ ਮਿਲ ਜਾਣ। ਇਹਦੇ ਨਾਲ ਹੀ ਆਪਣਾ ਖਿਆਲ ਰੱਖਿਆ ਜੇ, ਮਨ ਦੁਆਵਾਂ 'ਚ ਯਾਦ ਰੱਖਿਆ ਜੇ। ਅੱਲਾ ਹਾਫਿਜ਼।